ਕ੍ਰਿਕਟ ਵਿਸ਼ਵ ਕੱਪ ਦੇ ਬਹੁਤ ਹੀ ਰੋਮਾਂਚਕ ਮੈਚ ਦੀ ਗੱਲ ਕਰ ਲੈਨੇ ਹਾਂ ਕੱਲ 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੈਚ ਸੀ ਤੇ ਜਦੋਂ ਦੋਵਾਂ ਮੁਲਕਾਂ ਦਾ ਮੈਚ ਹੁੰਦਾ ਹੈ ਤਾਂ ਭਾਰਤ ਪਾਕਿਸਤਾਨ ਦੇ ਨਾਗਰਿਕਾਂ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੀਆਂ ਨਜ਼ਰਾਂ ਇਸ ਮੈਚ ਤੇ ਹੁੰਦੀਆਂ ਨੇ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਰੋਹਿਤ ਸ਼ਰਮਾ ਦਾ ਬੱਲਾ ਕੁਝ ਅਜੀਬੇ ਅੰਦਾਜ਼ ਵਿੱਚ ਚੱਲਿਆ ਕਿ ਪਾਕਿਸਤਾਨੀ ਹਮਲਾ ਫਿੱਕਾ ਪੈ ਗਿਆ। ਭਾਰਤ ਨੇ 7 ਵਿਕਟਾਂ ਦੇ ਨਾਲ 1 65 ਜਿੱਤ ਦਰਜ ਕਰਕੇ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਦੇ ਵਿੱਚ ਜਿੱਤ ਦਾ ਰਿਕਾਰਡ 8 0 ਕਰ ਲਿਆ। ਕਈ ਮਹੀਨੇ ਪਹਿਲਾਂ ਤੋਂ ਇਸ ਮੈਚ ਦੇ ਚਰਚੇ ਚੱਲ ਰਹੇ ਸੀ। ਕੱਲ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਤੇ ਪਾਕਿਸਤਾਨ ਨੂੰ 42 42.5 ਓਵਰਾਂ ਦੇ ਵਿੱਚ 191 ਦੌੜਾਂ ਤੇ ਆਊਟ ਕਰ ਦਿੱਤਾ। ਜਵਾਬ ਦੇ ਵਿੱਚ ਭਾਰਤੀ ਬੱਲੇਬਾਜ਼ਾਂ ਨੇ 30 ਓਵਰਾਂ ਦੇ ਵਿੱਚ ਟੀਚਾ ਹਾਸਲ ਕਰ ਲਿਆ ਵਿਸ਼ਵ ਕੱਪ ਦੇ ਵਿੱਚ 1992 ਤੋਂ ਬਾਅਦ ਭਾਰਤ ਦੀ ਪਾਕਿਸਤਾਨ ਤੇ ਇਹ ਲਗਾਤਾਰ 8ਵੀਂ ਜਿੱਤ ਹੈ ਲਗਾਤਾਰ ਤੀਸਰਾ ਮੈਚ ਜਿੱਤ ਕੇ ਹੁਣ ਭਾਰਤ ਪੁਆਇੰਟ ਟੇਬਲ ਦੇ ਵਿੱਚ ਪਹਿਲੀ ਥਾਂ ਤੇ ਆ ਗਿਆ ਤੇ ਇਸ ਹਾਰ ਦੇ ਨਾਲ ਪਾਕਿਸਤਾਨ ਟੂਰਨਾਮੈਂਟ ਦੇ ਵਿੱਚ ਚੌਥੇ ਥਾਂ ਤੇ ਹੈ ਜਸਪ੍ਰਿਤ ਬੋਮਰਾ ਦੀ ਅਗਵਾਈ ਹੇਠ ਗੇਂਦਬਾਜ਼ਾਂ ਨੇ ਇੱਕ ਦਿਨਾਂ ਵਿਸ਼ਵ ਕੱਪ ਦੇ ਵਿੱਚ ਭਾਰਤ ਖਿਲਾਫ ਪਾਕਿਸਤਾਨ ਨੂੰ ਦੂਜੇ ਸਭ ਤੋਂ ਘੱਟ ਸਕੋਰ ਤੇ ਆਊਟ ਕੀਤਾ ਬੋਮਰਾ ਨੂੰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ ਗੁਜਰਾਤ ਦੇ ਵਿੱਚ ਖੇਡੇ ਗਏ ਇਸ ਮੈਚ ਨੂੰ ਦੇਖਣ ਲਈ ਦਰਸ਼ਕਾਂ ਦਾ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸਟੇਡੀਅਮ ਖਜਾ ਖਚ ਭਰਿਆ ਹੋਇਆ ਸੀ ਅਤੇ ਮੈਚ ਜਿੱਤਣ ਤੋਂ ਬਾਅਦ ਤਾਂ ਲੋਕਾਂ ਦਾ ਜਸ਼ਨ ਦੇਖਦਿਆਂ ਬਣਦਾ ਸੀ ਬਾਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਹਿ ਵਿਖੇ ਕੱਲ ਗੋਲੀ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਦੋ ਸਿੱਖਾਂ ਦੀ 8ਵੀਂ ਵਰ੍ਹੇ ਸਿਰ ਮਨਾਇ ਗਈ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਦੇ ਵਿੱਚ ਹੋਈ ਘੋਰ ਬੇਅਦਬੀ ਦੀ ਵੱਡੀ ਘਟਨਾ ਤੋਂ ਬਾਅਦ ਬਾਬਲ ਕਲਾਂ ਦੇ ਵਿੱਚ ਸ਼ਾਂਤਮਈ ਧਰਨਾ ਦਿੰਦੇ ਸਿੱਖਾਂ ਦੇ ਉੱਤੇ ਜਦੋਂ ਪੁਲਿਸ ਨੇ ਗੋਲੀ ਚਲਾਈ ਸੀ ਤਾਂ ਦੋ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਜਾਨ ਚਲੀ ਗਈ ਸੀ ਜਿਨ੍ਹਾਂ ਨੂੰ ਸਿੱਖ ਕੌਮ ਨੇ ਸ਼ਹੀਦਾਂ ਦਾ ਦਰਜਾ ਦਿੱਤਾ ਸੀ ਤੇ ਉਸ ਸ਼ਹਾਦਤ ਦੇ 8 ਸਾਲ ਮੁਕੰਮਲ ਹੋਣ ਤੇ ਕੱਲ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਭਾਰਤੀ ਏਜੰਸੀਆਂ ਦੇਸ਼ ਦੇ ਵਿਦੇਸ਼ਾਂ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਸਿੱਖਾਂ ਦੀਆਂ ਸ਼ਹਾਦਤਾਂ ਤੇ ਕੇਂਦਰ ਸਰਕਾਰ ਆਪਣੀ ਸਿਆਸੀ ਜ਼ਮੀਨ ਤਿਆਰ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤੇ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਮਾਨ ਨੇ ਕਿਹਾ ਕਿ ਬੇਅਦਬੀ ਅਤੇ ਸ਼ਹਾਦਤਾਂ ਉੱਤੇ ਕੌਮਾਂ ਦੇ ਵਿੱਚ ਰੋਸ ਹੋਣਾ ਚਾਹੀਦਾ ਹੈ ਉਹਨਾਂ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਬਾਬਲ ਕਲਾਂ ਗੋਲੀ ਕਾਂਡ ਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਕਿ ਸਰਕਾਰ ਦਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਹੋ ਗਿਆ ਬਾਬਲ ਕਲਾਂ ਦੇ ਪੱਕੇ ਇਨਸਾਫ ਮੋਰਚੇ ਦੀ ਅਗਵਾਈ ਕਰਨ ਵਾਲੇ ਅਤੇ ਗੋਲੀ ਕਾਂਡ ਦੇ ਪੀੜਤ ਨੌਜਵਾਨ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਵੀ 2015 ਤੋਂ ਲੈ ਕੇ ਪੰਜਾਬ ਦੀਆਂ ਹੁਣ ਤੱਕ ਦੀਆਂ ਤਿੰਨੇ ਸਰਕਾਰਾਂ ਨੂੰ ਇਨਸਾਫ ਨਾ ਦੇਣ ਦਾ ਜ਼ਿੰਮੇਵਾਰ ਠਹਿਰਾਇਆ ਬਰਸੀ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਕਿਹਾ ਕਿ ਪੀੜਤ ਪਰਿਵਾਰਾਂ ਤੇ ਗਵਾਹਾਂ ਨੂੰ ਇਨਸਾਫ ਮਿਲਣ ਦੀ ਕੋਈ ਆਸ ਦਿਖਾਈ ਨਹੀਂ ਦੇ ਰਹੀ ਕਿਉਂਕਿ ਸਮੇਂ ਦੇ ਹਾਕਮ ਇਸ ਸੰਬੰਧੀ ਸੁਹਿਰਦ ਨਹੀਂ ਇਸ ਕਰਕੇ ਕਹਿੰਦੇ ਇਨਸਾਫ ਦੀ ਉਮੀਦ ਨਾ ਰੱਖਿਓ ਇਸ ਮੌਕੇ ਗੁਰਜੀਤ ਸਿੰਘ ਬਿੱਟੂ ਸਰਾਵਾ ਦੇ ਪਿਤਾ ਸਾਧੂ ਸਿੰਘ ਸਰਾਵਾ ਸਮੇਤ ਹੋਰ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਜੰਮੂ ਕਸ਼ਮੀਰ ਦੇ ਪੁਂਛ ਇਲਾਕੇ ਦੇ ਵਿੱਚ ਸ਼ਹੀਦ ਹੋਏ ਮਾਨਸਾਨ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕਾਫੀ ਕੁਝ ਅਪਡੇਟ ਹੈ ਸ਼ਹੀਦ ਹੋਣ ਤੋਂ ਬਾਅਦ ਜਦੋਂ ਫੌਜ ਦੀ ਟੁਕੜੀ ਅੰਮ੍ਰਿਤਪਾਲ ਸਿੰਘ ਦੀ ਦੇਹ ਨੂੰ ਪਰਿਵਾਰ ਨੂੰ ਸੌਂਪ ਕੇ ਗਈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬਿਨਾਂ ਫੌਜੀ ਸਨਮਾਨਾਂ ਤੋਂ ਅੰਤਿਮ ਸੰਸਕਾਰ ਕੀਤਾ ਗਿਆ ਲੋਕਾਂ ਨੇ ਆਵਾਜ਼ ਚੁੱਕੀ ਸਿਆਸਤਦਾਨਾਂ ਤੱਕ ਵੀ ਆਵਾਜ਼ ਪਹੁੰਚੀ ਅਤੇ ਅੰਤਿਮ ਸੰਸਕਾਰ ਦੇ ਮੌਕੇ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਜਦੋਂ ਖਬਰਾਂ ਚਲੀਆਂ ਕਿ ਭਾਰਤ ਦਾ ਪਹਿਲਾ ਅਗਨੀਵੀਰ ਸ਼ਹੀਦ ਹੋਇਆ ਹੈ 19 ਸਾਲ ਦੀ ਉਮਰ ਦੇ ਵਿੱਚ ਅਮਰਿਤਪਾਲ ਸਿੰਘ ਨੇ ਆਪਣੀ ਜਾਨ ਗੁਆਈ ਹੈ ਪਰ ਨਾ ਹੀ ਤਾਂ ਉਸ ਦਾ ਫੌਜੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਹੋਇਆ ਤੇ ਨਾ ਹੀ ਸਰਕਾਰ ਦੇ ਵੱਲੋਂ ਜੋ ਸ਼ਹੀਦ ਹੋਣ ਵਾਲੇ ਫੌਜੀਆ ਦੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈ ਨਾ ਹੀ ਉਸ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸੇ ਦਿਨ ਟਵੀਟ ਕਰਕੇ ਦੁੱਖ ਜਤਾਇਆ ਸੀ ਪਰ ਆਰਥਿਕ ਮਦਦ ਦਾ ਉਹਨਾਂ ਨੇ ਵੀ ਐਲਾਨ ਨਹੀਂ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਵਿਰੋਧੀ ਸਿਆਸੀ ਤਰ੍ਹਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਤੇ ਘੇਰਿਆ ਸੀ ਲੋਕ ਸਭਾ ਮੈਂਬਰ ਹਰਸਨੁਤ ਕੋਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਰਿਆਂ ਨੇ ਆਵਾਜ਼ ਚੁੱਕੀ ਕਿ ਅਗਨੀ ਵੀਰ ਅਮਰਿਤਪਾਲ ਸਿੰਘ ਨੂੰ ਉਸਦਾ ਹੱਕ ਮਿਲਣਾ ਚਾਹੀਦਾ ਹੈ ਤੇ ਨਾਲ ਹੀ ਅਕਾਲੀ ਲੀਡਰਾਂ ਨੇ ਅਗਨੀ ਵੀਰ ਸਕੀਮ ਨੂੰ ਤੁਰੰਤ ਰਾਜਾ ਕੀਤੇ ਜਾਣ ਦੀ ਮੰਗ ਵੀ ਕੀਤੀ ਇਸ ਤਹਿਤ ਭਰਤੀ ਹੋਣ ਵਾਲੇ ਸਾਰੇ ਫੌਜੀਆਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਕੀਤੀ ਸੀ ਸੀਪੀਆਈ ਐਮਐਲ ਲਿਬਰੇਸ਼ਨ ਦੇ ਲੀਡਰ ਕਾਮਰੇਡਰ ਸੁਖਦਰਸ਼ਨ ਸਿੰਘ ਨੱਤ ਸਾਬਕਾ ਵਿਧਾਇਕ ਜੀਤेंद्र ਸਿੰਘ ਮੋਫਰ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਆਲਖ ਜਿਹੜੇ ਸਾਰੇ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਵੀ ਨਿਖੇਦੀ ਕੀਤੀ ਮਾਨਸਾ ਤੋਂ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਤੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਚਾਰੇ ਪਾਸੇ ਪਏ ਘੇਰੇ ਤੋਂ ਬਾਅਦ ਆਖਿਰਕਾਰ देर शाम ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਸ਼ਹੀਦ ਪਰਿਵਾਰ ਨੂੰ 1 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਤੇ ਪ੍ਰਭੂ ਸੱਤਾ ਨੂੰ ਬਰਕਰਾਰ ਰੱਖ ਕੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇ ਪਰਿਵਾਰ ਨਾਲ ਮਤਰਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਕੋਲ ਵੀ ਜ਼ੋਰਦਾਰ ਇਸ ਮੁੱਦੇ ਦੀ ਵਕਾਲਤ ਕੀਤੀ ਜਾਵੇਗੀ ਕਹਿੰਦੇ ਪੂਰੀ ਤਰ੍ਹਾਂ ਗੈਰਵਾਜਿਬ ਹੈ ਇਹ ਪੰਜਾਬ ਦੇ ਪੁੱਤਰ ਦੀ ਸ਼ਹਾਦਤ ਦਾ ਨਿਰਾਦਰ ਕਰਨ ਵਾਂਗੂ ਹੈ ਅਤ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਜਲਦੀ ਹੀ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਚੁੱਕਣਗੇ ਜਿਵੇਂ ਐਗ੍ਰੇਸ਼ੀਆ ਜਿਹੜਾ ਪਹਿਲਾਂ ਸਿਰਫ ਜੰਗੀ ਸ਼ਹੀਦਾਂ ਨੂੰ ਹੀ ਮਿਲਦਾ ਸੀ ਜਿਹੜੇ ਕਿਸੇ ਕਲੈਸ਼ ਦੇ ਵਿੱਚ ਜਾਂ ਜੰਗ ਦੇ ਵਿੱਚ ਸ਼ਹੀਦ ਹੋ ਜਾਣ ਜੇ ਬੈਸੇ ਫੌਜ ਦੇ ਡਿਊਟੀ ਦੌਰਾਨ ਕੋਈ ਐਵਲਾਂਚ ਆ ਗਿਆ ਬਰਫ਼ ਜਿਹੜੀ ਉਹ ਬਰਫ਼ ਦੇ ਤੋਂਦੇ ਥੱਲੇ ਨੂੰ ਡਿੱਗ ਪਏ ਉਹ ਚ ਜਵਾਨ ਦੱਬੇ ਗਏ ਕੋਈ ਐਕਸੀਡੈਂਟ ਹੋ ਗਿਆ ਹੱਟ ਅਟੈਕ ਆ ਗਿਆ ਬ੍ਰੇਨ ਹੈਮਰੇਜ ਹੋ ਗਿਆ ਉਹ ਦਿਨ ਵਿੱਚ ਨਹੀਂ ਕੋਈ ਐਕਸਕ੍ਰੇਸ਼ਨ ਦਿੱਤਾ ਜਾਂਦਾ ਸੀ ਸੋ ਅਸੀਂ ਉਹਨੂੰ ਸ਼ੁਰੂ ਕਰ ਰਹੇ ਹਾਂ ਪ 3 ਲੱਖ ਰੁਪਏ ਅਸੀਂ ਉਸ ਹਰ ਜਵਾਨ ਨੂੰ ਪੰਜਾਬ ਦੇ ਫੌਜੀ ਜਵਾਨ ਨੂੰ ਜਿਹੜਾ ਡਿਊਟੀ ਦੌਰਾਨ ਕਿ ਕਿਸੇ ਵੀ ਕਿਸਮ ਦੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ 3 ਲੱਖ ਰੁਪਏ ਤੇ ਜਿਹੜੇ ਜ਼ਖਮੀ ਹੋ ਜਾਂਦੇ ਐ ਜਵਾਨ ਉਹਨਾਂ ਵਿੱਚ 25 ਤੋਂ 50% ਦਾ ਜਿਹੜਾ ਸੀਗਾ ਪਹਿਲਾਂ ਜੇ ਫਿਜ਼ੀਕਲ ਡਿਸੇਬਿਲਟੀ ਹੁੰਦੀ ਹੈ ਤਾਂ 5 ਲੱਖ ਰੁਪਏ ਦਿੱਤਾ ਜਾਂਦਾ ਸੀ ਉਹਨੂੰ ਅਸੀਂ 10 ਲੱਖ ਕਰ ਰਹੇ ਹਾਂ ਐਕਸ ਗ੍ਰੇਡੀ 51% ਤੋਂ 75 ਤੱਕ ਪਹਿਲਾਂ 10 ਲੱਖ ਸੀ ਅਸੀਂ 20 ਕਰ ਰਹੇ ਹਾਂ ਤੇ 76 ਤੋਂ 100% ਜਿਹੜਾ ਸੀਗਾ ਪਹਿਲਾਂ 20 ਲੱਖ ਦਿੱਤਾ ਜਾਂਦਾ ਸੀ ਅਸੀਂ ਉਹਨੂੰ 40 ਰੱਖ ਕਰਦੇ ਇਹ ਕੋਈ ਐਸਾਨ ਨਹੀਂ ਕਰ ਰਹੇ ਅਸੀਂ ਇਹ ਸਾਡਾ ਫਰਜ਼ ਬਣਦਾ ਹੈ ਔਰ ਮਾਨ ਸਨਮਾਨ ਦੇ ਰਹੇ ਆ ਬਲਕਿ ਉਹਨਾਂ ਨੂੰ ਪੁਲਿਸ ਵਾਸਤੇ ਪਹਿਲਾਂ ਹੀ ਅਸੀਂ ਚਾਹ ਦਿੱਲੀ ਦੇ ਵਿੱਚ ਵੀ ਇੱਥੇ ਵੀ ਜੇ ਪੁਲਿਸ ਦਾ ਕੋਈ ਜਵਾਨ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੇ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਿਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਿਆ HDFC ਬੈਂਕ ਵੱਲੋਂ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਮਿਲਦਾ ਉਧਰ ਫੌਜ ਦਾ ਵੀ ਬੜਾ ਹੈਰਾਨੀਜਨਕ ਬਿਆਨ ਆਇਆ ਹੈ ਫੌਜ ਦੀ ਜੰਮੂ ਸਥਿਤ ਵਾਈਟ ਨਾਈਟ ਕਮਾਨ ਨੇ ਐਕਸ ਦੇ ਉੱਤੇ ਲਿਖਿਆ ਕਿ ਇੱਕ ਦੁਖਦਾਈ ਘਟਨਾ ਦੇ ਵਿੱਚ ਅਗਨੀਵੀਰ ਅਮਰਿਤਪਾਲ ਸਿੰਘ ਦੀ ਰਾਜੌਰੀ ਸੈਕਟਰ ਵਿੱਚ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰਨ ਕਰਕੇ ਜਾਨ ਚਲੇਗੀ ਕਿਹਾ ਗਿਆ ਕਿ ਮ੍ਰਿਤਕ ਦੀ ਦੇਖ ਜੂਨੀਅਰ ਕਮਿਸ਼ਨਰ ਦਾ ਅਧਿਕਾਰੀ ਅਤੇ ਚਾਰ ਹੋਰ ਫੌਜਵਾਨਾਂ ਦੇ ਨਾਲ ਐਂਬੂਲੈਂਸ ਦੇ ਵਿੱਚ ਉਸ ਦੇ ਘਰ ਭੇਜੀ ਗਈ ਅਤੇ ਦਾਵਾ ਕੀਤਾ ਕਿ ਉਸ ਦੀ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਵੀ ਫੌਜ ਦੀ ਟੁਕੜੀ ਸ਼ਾਮਿਲ ਹੋਈ ਫੌਜ ਨੇ ਕਿਹਾ ਕਿ ਕਿਉਂਕਿ ਅਮਰਿਤਪਾਲ ਸਿੰਘ ਦੀ ਜਿਹੜੀ ਜਾਨ ਹੈ ਉਸ ਦੀ ਆਪਣੀ ਗੋਲੀ ਲੱਗਣ ਕਾਰਨ ਗਈ ਹੈ ਇਸ ਕਰਕੇ ਕੋਈ ਵੀ ਫੌਜੀ ਸਨਮਾਨ ਨਹੀਂ ਦਿੱਤਾ ਗਿਆ ਜਿਵੇਂ ਕਿ ਫੌਜ ਦੀ ਨੀਤੀ ਹੈ ਦੂਜੇ ਵਸੇ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਦਾ ਪੁੱਤਰ ਕੋਈ ਅਜਿਹੀ ਅਜਿਹਾ ਕਦਮ ਨਹੀਂ ਚੁੱਕ ਸਕਦਾ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ ਛੇਤੀ ਛੁੱਟੀ ਆਉਣ ਵਾਲਾ ਸੀ ਕਿਉਂਕਿ ਤਾਏ ਦੀ ਕੁੜੀ ਦਾ ਵਿਆਹ ਸੀ ਅਮਰਿਤਪਾਲ ਸਿੰਘ ਦੀ ਥੋੜਾ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹ ਘਰੇ ਛੁੱਟੀ ਕੱਟ ਕੇ ਵੀ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਸੱਚ ਕੀ ਹੈ ਉਹ ਸਿਰਫ ਤੇ ਸਿਰਫ ਫੌਜ ਹੀ ਜਾਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਸਤਲੁਜ-ਜਮੁਨਾ ਲਿੰਕ ਨਹਿਰ ਦਾ ਪ੍ਰਸਤਾਵ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਆਪ ਸਰਕਾਰ ਇਸ ਮਾਮਲੇ ਤੇ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਬਹਿਸ ਕਰਨ ਲਈ ਸੱਦੇ ਦੇਣ ਦੇ ਪ੍ਰਚਾਰ ਕਰਕੇ ਪੰਜਾਬੀਆਂ ਦਾ ਧਿਆਨ ਅਸਲ ਦਰਿਆਈ ਪਾਣੀਆਂ ਦੇ ਮੁੱਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਤਾਂ ਮਾਨ ਸਰਕਾਰ ਨੇ ਨਹਿਰ ਦੇ ਨਿਰਮਾਣ ਦਾ ਸਰਵੇ ਕਰਨ ਲਈ ਇੱਕ ਆਨਲਾਈਨ ਪੋਰਟਲ ਵੀ ਜਾਰੀ ਕਰ ਦਿੱਤਾ ਹੈ ਤੇ ਸਾਜ਼ਿਸ਼ ਨੂੰ ਛਪਾਉਣ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਲਈ SYL ਦੇ ਸਰਵੇ ਦਾ ਆਰਡਰ ਲਿਸਟ ਵਿੱਚ ਜਾਣਬੁੱਝ ਕੇ ਸੀਰੀਅਲ ਨੰਬਰ 32 ਰੱਖਿਆ ਗਿਆ ਤਾਂ ਕਿ ਕਿਸੇ ਦਾ ਇਸ ਤੇ ਧਿਆਨ ਨਾ ਜਾਵੇ ਪਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਲੋਕ ਇਸ ਸਰਵੇ ਨੂੰ ਕਦੇ ਵੀ ਮੁਕੰਮਲ ਨਹੀਂ ਹੋਣ ਦੇਣਗੇ ਚਾਹੇ ਇਸ ਦੀ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ ਜਿਹੜਾ ਕਹਿਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੀ ਪੰਜਾਬ ਦੀ ਹੱਕਾਂ ਦੀ ਲੜਾਈ ਲੜੋ ਡਰਾਮੇ ਕਰਨੇ ਬੰਦ ਕਰ ਦਿਓ ਸੈਸ਼ਨs ਛੱਡ ਕੇ ਇਕੱਲੇ ਆਪਣੇ ਆਪ ਉਥੇ ਸਪੀਚ ਦਊਗਾ ਟੀਵੀ ਨੂੰ ਕਹੂਗਾ ਕੱਲਾ ਮੈਨੂੰ ਦਿਖੋਣਾ ਹੈ ਜਿਹੜਾ ਕੋਈ ਵਿਰੋਧੀ ਗੱਲ ਕਰੂਗਾ ਉਹਦਾ ਸਾਰਾ ਦਿਖਾਉਣ ਨਹੀਂ ਦੇਣਾ ਫਿਰ ਕਰੋੜਾਂ ਰੁਪਏ ਪੰਜਾਬ ਸਰਕਾਰ ਦਾ ਕਿਉਂ ਕਿਉਂ ਖਰਚ ਰਿਹਾ ਗਵਰਨਰ ਸਾਹਿਬ ਨੇ ਤਾਂ ਕਹੀ ਰਿਹਾ ਤਾਂ ਸਾਰਾ ਇਲੀਗਲ ਹੈ ਪਿਛਲੇ ਪੌਣੇ 2 ਸਾਲ ਇਕੱਲੇ ਭਗਵੰਤ ਮਾਨ ਨੇ ਡਰਾਮੇ ਕੀਤੇ ਆ ਕਹਿੰਦਾ ਖੁਸ਼ ਹੈ ਕਰਦਾ ਖੁਸ਼ ਹੈ ਅੱਜ ਨਸ਼ਾ ਇੰਨਾ ਵੱਧ ਗਿਆ ਪੰਜਾਬ 'ਚ ਮੈਂ ਜਿਹੜੇ ਵੀ ਪਿੰਡਾਂ ਜਾ ਰਿਹਾ ਮੈਂ ਟੂਰ ਪ੍ਰੋਗਰਾਮ ਮੇਰਾ ਚੱਲ ਰਿਹਾ ਹੈ ਘਰ ਘਰ ਵਿੱਚ ਕਦੇ ਕਰਿਆ ਨਸ਼ਾ ਬਿਕਰੇ ਹੈ ਭਗਵਾਨ ਮੰਨ ਸਾਹਿਬ ਸੈਸ਼ਨ ਬਿਲੋਂਗ ਤੋਂ ਪਹਿਲੇ ਤੁਸੀਂ ਪਿੰਡਾਂ ਜਾ ਜ਼ਿਲ੍ਹਿਆਂ ਜਾ ਤੇ ਅਫਸਰਾਂ ਨੂੰ ਮਿਲ ਕੇ ਨਸ਼ਾ ਰੋਕੋ ਉਹ ਕੰਮ ਤਾਂ ਕਰਨਾ ਨਹੀਂ ਕਿਤੇ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਲੈ ਕੇ ਚਲੇ ਜਾਣਾ ਹੈ ਕਿਤੇ ਕੇਜਰੀਵਾਲ ਨੂੰ ਤਾਮਿਲਨਾਡੂ ਲੈ ਕੇ ਜਾਣਾ ਹੈ ਕੇਜਰੀਵਾਲ ਦੇ ਡਰਾਈਵਰ ਬੰ ਨਾਲ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੱਲ ਹੋਣੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਕਿਸੇ ਦਾ ਡਰਾਈਵਰ ਨਹੀਂ ਬਣਾਇਆ ਮੁੱਖ ਮੰਤਰੀ ਦਾ ਮਤਲਬ ਹੈ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਤੁਸੀਂ ਆਪ ਕਿਹਾ ਸੀ ਕਿ ਮੇਰਾ ਇਹ ਖਰਾਬ ਪੈਣਾ ਤੇ ਸਾਡੀ ਸਰਕਾਰ ਪਿੰਡਾਂ 'ਚ ਰਹੂਗੀ ਪੌਣੇ 2 ਸਾਲ 'ਚ ਇੱਕ ਦਿਨ ਵੀ ਦਿਖਾਈ ਦਿੱਤੇ ਹਣ ਪਿੰਡ ਪਿੰਡਾਂ ਦੇ ਵਿੱਚ ਜਾਓ ਸੈਸ਼ਨ ਦੀ بجائے ਤੁਸੀਂ ਜ਼ਿਲ੍ਹਾ ਵਾਈਜ਼ ਬਲਾਕ ਵਾਈਜ਼ ਵਰਕ ਲੋਕਾਂ ਨਾਲ ਗਰੀਬਾਂ ਨਾਲ ਮੀਟਿੰਗ ਕਰੇ ਮੁੱਖ ਮੰਤਰੀ ਜਿਵੇਂ ਬਾਦਲ ਸਾਹਿਬ ਵੱਡੇ ਕਰਦੇ ਸੀ ਸੰਗਤ ਦਰਸ਼ਨ ਕਰਦੇ ਸੀ ਤੇ ਨਾਲ ਦੇ ਨਾਲ ਮੁਸ਼ਕਲਾਂ ਹੱਲ ਹੋ ਜਾਂਦੀਆਂ ਸੀ ਐ ਸੈਸ਼ਨ ਸੱਜ ਕੇ ਬਾਹਰ ਟੂਰ ਪ੍ਰੋਗਰਾਮ ਬਣਾ ਕੇ ਪੰਜਾਬ ਦਾ ਕੁਝ ਨਹੀਂ ਹੋਣਾ ਭਗਵੰਤ ਮਾਨ ਫਿਰ ਤੋਂ ਕਿਹਾ ਹੈ ਭਗਵੰਤ ਮਾਨ ਨੇ ਮੈਨੇ ਨਾਂ ਲੈ ਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਤੁਹਾਡਾ ਡਿਬੇਟ ਕਰਨਾ ਚਾਹਣਾ ਮੈਂ ਤਾਂ ਤਰੀਕ ਦੇ ਦਿੱਤੀ ਸੀ 10 ਤਰੀਕ ਤੇਰੇ ਘਰੇ ਆ ਜੂਗਾ ਜਾਰੀ ਦੂਰ ਜਾਣ ਦੀ ਲੋੜ ਹੀ ਨਹੀਂ ਤੇ ਭੱਜ ਗਿਆ ਉਸ ਦਿਨ ਡਰ ਕੇ ਭੱਜ ਗਿਆ ਭਗਵੰਤ ਸਿੰਘ ਫਿਰ ਤੋਂ ਡਰਾਮਾ ਕਰ ਰਿਹਾ ਮੈਨੂੰ ਕੋਈ ਡਰ ਨਹੀਂ ਕਿਸੇ ਨਾਲ ਡਿਬੇਟ ਕਰਨਾ ਪਰ ਭਗਵੰਤ ਮਾਨ ਨਾਲ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਨਕਲੀ ਮੁੱਖ ਮੰਤਰੀ ਹੈ ਹੁਣ ਨਕਲੀ ਬੰਦੇ ਨਾਲ ਜਿਹਦਾ ਕੋਈ ਪਾਵਰ ਹੀ ਨਹੀਂ ਹਥਿਆਰ ਉਹਦੇ ਕੋਲੇ ਕੋਈ ਕਹਿ ਨੂੰ ਆਪਣੇ ਆਪ ਆਪ ਨਹੀਂ ਕੁਝ ਕਰ ਸਕਦਾ ਤੇ ਡਿਬੇਟ ਅਸੀਂ ਕਿਉਂ ਕਰੀਏ ਨਕਲੀ ਬੰਦੇ ਨਾਲ ਅਸੀਂ ਜੇ ਡਿਬੇਟ ਕਰਾਂਗੇ ਤਾਂ ਅਸਲੀ ਮੁੱਖ ਮੰਤਰੀ ਜੋ ਕੇ ਜੀਵਲ ਪੰਜਾਬ ਦਾ ਅਸੀਂ ਉਹਦੇ ਨਾਲ ਕਰਾਂਗੇ ਨਕਲੀ ਨਾ ਨਹੀਂ ਕਰਦੇ ਅਸੀਂ ਜਦੋਂ ਕਾਂਗਰਸ ਨੇ ਐਸਓਏਲ ਨਹਿਰ ਪੱਟਣ ਦੀ ਮਨਜ਼ੂਰੀ ਇੰਦਰਾ ਗਾਂਧੀ ਦਿੱਤੀ ਸੀ ਉਦੋਂ ਅਕਾਲੀ ਦਲ ਨੇ ਰੋਕਿਆ ਅੱਜ ਜੇ ਪਾਣੀ ਨਹੀਂ ਗਿਆ ਪੰਜਾਬ ਦਾ ਅਕਾਲੀ ਦਲ ਕਰਕੇ ਆਏ ਹੁਣ ਵੀ ਆ ਭਗਵੰਤ ਮਾਨ ਰਲ ਗਿਆ ਕੇਜਰੀਵਾਲ ਦੇ ਹੁਕਮ ਕਰਤੇ ਉਹਨੇ ਸੁਪਰੀਮ ਕੋਰਟ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਦੇਣ ਨੂੰ ਤਿਆਰ ਆ ਆਪਰੇਸ਼ਨ ਨਹੀਂ ਮੰਨਦੇ ਮਤਲਬ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਇਹਦਾ ਮਤਲਬ ਹੈ ਸੁਪਰੀਮ ਕੋਰਟ ਕੋ ਪੰਜਾਬ ਦਾ ਇਤਰਾਜ਼ ਨਹੀਂ ਹੈ ਕਸਰਕਾਰ ਕਰਦੀ ਤੇ ਪਾਣੀ ਦੇ ਉਹਨਾਂ ਹੁਕਮ ਦੇ ਦਿੰਨੇ ਆ ਪਰ ਭਾਵੇਂ ਸੁਪਰੀਮ ਕੋਰਟ ਦਾ ਹੁਕਮ ਆ ਜੇ ਭਾਵੇਂ ਸੈਂਟਰ ਦੀ ਸਰਕਾਰ ਫੌਜ ਭੇਜ ਦੇ ਸ਼ੋਮਨੀ ਅਕਾਲੀ ਦਲ ਇੱਕ ਬੂੰਦ ਪਾਣੀ ਦਾ ਨਹੀਂ ਜਾਣ ਜਾਣ ਦਊਗਾ ਨਾ ਇੱਥੇ ਸਰਵੇਟਰੀ ਨੂੰ ਬਣ ਦਊਗਾ ਜਲਾਲਾਬਾਦ ਅਦਾਲਤ ਨੇ ਸਦਰ ਥਾਣਾ ਜਲਾਲਾਬਾਦ ਵਿੱਚ 2015 ਦੇ ਇੱਕ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁਲਿਸ ਰਿਮਾਂਡ ਵਿੱਚ ਮੋੜ 2 ਦਿਨ ਦਾ ਵਾਅਦਾ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਅਦਾਲਤ ਵੱਲੋਂ ਖਹਿਰਾ ਦਾ 2-2 ਦਿਨ ਦਾ ਪੁਲਿਸ ਰਿਮਾਂਡ ਵਧਾਇਆ ਜਾ ਚੁੱਕਿਆ ਹੈ ਕੱਲ ਵਿਧਾਇਕ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬਾਅਦਪੈਰ ਕਰੀਬ 3 ਵਜੇ ਹੋਈ ਸੁਣਵਾਈ ਦਰਮਿਆਨ ਸਰਕਾਰ ਵੱਲੋਂ ਕੇਸ ਦੀ ਪੈਰਵੀ ਕਰਦੇ ਸਰਕਾਰੀ ਵਕੀਲ ਬਲਜੀਤ ਸਿੰਘ ਨੇ ਅਦਾਲਤ ਵਿੱਚ ਸਰਕਾਰ ਦਾ ਪੱਖ ਪੇਸ਼ ਕੀਤਾ ਪੁਲਿਸ ਜਾਂਚ ਵਿੱਚ ਖੈਰਾ ਦੇ ਪਾਸਪੋਰਟ ਦੀ ਜਾਂਚ ਨੂੰ ਲੈ ਕੇ ਪੁਲਿਸ ਰਿਮਾਨਚ ਵਾਅਦਾ ਕਰਨ ਦੀ ਮੰਗ ਕੀਤੀ ਬਚਾਅ ਪੱਖ ਦੇ ਵੱਲੋਂ ਅਦਾਲਤ ਵਿੱਚ ਫਾਜ਼ਿਲਕਾ ਤੋਂ ਸੀਨੀਅਰ ਵਕੀਲ ਸੰਜੀਵ ਕਮੋਜ ਜਲਾਲਾਬਾਦ ਤੋਂ ਸੀਨੀਅਰ ਵਕੀਲ ਨਤਨ ਮਿੱੱਡਾ ਤੇ ਫਿਰੋਜ਼ਪੁਰ ਤੋਂ ਸੀਨੀਅਰ ਵਕੀਲ ਗੁਰਜੀਸ਼ ਵਜਾਜ ਨੇ ਖੈਰਾ ਦੇ ਪੁਲਿਸ ਰਿਮਾਨ ਦੀ ਮੰਗ ਦਾ ਵਿਰੋਧ ਕੀਤਾ ਕਿਹਾ ਕਿ ਪਾਸਪੋਰਟ ਦੀ ਕਾਪੀ ਜਾਂਚ ਏਜੰਸੀ ਦੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਪਰ ਅਦਾਲਤ ਨੇ ਫਿਰ ਵੀ ਖੈਰਾ ਦਾ 2 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਦੂਜੇ ਪਾਸੇ ਕਾਂਗਰਸੀ ਲੀਡਰ ਲਗਾਤਾਰ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਖੈਰਾ ਦੇ ਨਾਲ ਡਟ ਕੇ ਖੜੇ ਨੇ 2 ਦਿਨ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਅਦਾਲਤ ਪਹੁੰਚੇ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਛੱਡਣ ਵਾਲੇ ਸਿਆਸਤਦਾਨਾਂ ਬਾਰੇ ਅਗਾਊਂ ਜਾਣਕਾਰੀ ਹੋਣ ਦੀਆਂ ਅਫਵਾਹਾਂ ਨੂੰ ਖਾਰਿਜ ਕੀਤਾ ਹੈ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਫਵਾਹਾਂ ਦੇ ਵਿੱਚ ਕੋਈ ਦਮ ਨਹੀਂ ਹੈ ਕਿ ਪਾਰਟੀ ਛੱਡਣ ਦੀ ਯੋਜਨਾ ਉਨ੍ਹਾਂ ਦੇ ਘਰ ਬਣੀ ਸੀ ਕੈਪਟਨ ਨੇ ਕਿਹਾ ਕਿ ਰਿਪੋਰਟਾਂ ਨਾ ਸਿਰਫ ਬੇਬੁਨਿਆਦ ਨੇ ਬਲਕਿ ਜਾਣਬੁੱਝ ਕੇ ਪੰਬਲਪੂਸਾ ਪੈਦਾ ਕਰਨ ਲਈ ਫੈਲਾਈਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਚੰਗੀ ਤਰ੍ਹਾਂ ਸੋਚਿਆ ਸਮਝਿਆ ਤੇ ਅਟਲ ਸੀ ਦੇਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਾਮ ਮੰਤਰੀ ਅਮਿਤ ਸ਼ਾਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਵੱਲੋਂ ਉਹਨਾਂ ਨੂੰ ਜੋ ਵੀ ਭੂਮਿਕਾ ਤੇ ਡਿਊਟੀ ਸੌਂਪੀ ਗਈ ਆ ਉਹਦੇ ਲਈ ਉਹ ਵਚਨਬੱਧ ਨੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਪਾਰਟੀ ਲਈ ਪ੍ਰਚਾਰ ਕਰਨਗੇ ਯਾਨੀ ਕਿ ਜਿਹੜੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਕੈਪਟਨ ਪ੍ਰਚਾਰ ਕਰਨਗੇ ਪੰਜਾਬ ਦੇ ਵਿੱਚ ਜਿਵੇਂ ਹੀ ਝੋਨੇ ਦੀ ਵਾਢੀ ਸ਼ੁਰੂ ਹੋਈ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਪਰਾਲੀ ਪ੍ਰਦੂਸ਼ਣ ਦੀ ਚਰਚਾ ਵੀ ਹੋਣ ਲੱਗ ਪਈ ਹੈ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਖਸੈਨਾ ਨੇ ਕੱਲ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪਰਾਲੀ ਸਾੜੇ ਜਾਣ ਅਤੇ ਪ੍ਰਦੂਸ਼ਣ ਬਾਰੇ ਚਿੱਠੀ ਲਿਖ ਕੇ ਕਿਹਾ ਕਿ ਮੈਂ ਤੁਹਾਨੂੰ ਸਾਰੇ ਸਰੋਤਾਂ ਨੂੰ ਇਕੱਠਾ ਕਰਨ ਤੇ ਕਿਸਾਨਾਂ ਨੂੰ ਇਸ ਮਾਰੂ ਖਤਰੇ ਨੂੰ ਹਰਾਉਣ ਵਿੱਚ ਸਹਿਯੋਗੀ ਬਣਾਉਣ ਦੀ ਅਪੀਲ ਕਰਦਾ ਹਾਂ ਕਿਹਾ ਕਿ ਦਿੱਲੀ ਵਿੱਚ ਸਾਰੇ ਪਾਈ ਵਾਲਾਂ ਦੇ ਨਾਲ ਅਸੀਂ ਇਹ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕ ਰਹੇ ਹਾਂ ਕਿ ਵਾਹਾਂ ਦੇ ਨਿਕਾਸ ਅਤੇ ਸੜਕਾਂ ਫੁੱਟਪਾਥਾਂ ਤੋਂ ਤੋੜ ਵਰਗੇ ਹਵਾ ਪ੍ਰਦੂਸ਼ਣ ਦੇ ਸਥਾਨਿਕ ਕਾਰਨਾਂ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇ ਕਹਿੰਦੇ ਕੌਮੀ ਰਾਜਸਥਾਨੀ ਚ ਕੌਮੀ ਤੇ ਕਮਾਂਤਰੀ ਪੱਧਰ ਦੇ ادارے ਨੇ ਇੱਥੇ ਲੱਖਾਂ ਸੈਲਾਨੀ ਆਉਂਦੇ ਨੇ ਸਾਰੇ ਲੋਕ ਪ੍ਰਦੂਸ਼ਣ ਦਾ ਸ਼ਿਕਾਰ ਹੁੰਦੇ ਨੇ ਜਦ ਕਿ ਇਸ ਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ 2022 ਦੌਰਾਨ ਅਕਤੂਬਰ ਨਵੰਬਰ ਚ ਪ੍ਰਾਲੀ ਦੇ ਧੂਏ ਦਾ ਅਨੁਪਾਤ 19 ਫੀਸਦੀ ਰਿਹਾ ਸੀ ਤੇ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਗੋਂ ਜਿਹਾ ਨਹੀਂ ਹੁੰਦਾ ਭਰੋਸਾ ਵੀ ਦਿੱਤਾ ਸੀ ਤੇ ਇਹਦੀ ਧਿਆਨ ਰੱਖਿਓ ਸੋ ਪੰਜਾਬ ਹੁਣ ਕੀ ਜਵਾਬ ਦਿੰਦਾ ਹੈ ਇਹ ਦੇਖਣਾ ਵੀ ਕਾਫੀ ਅਹਿਮ ਰਹੇਗਾ